ਹੁਸੈਨ ਕਾ ਹੈ। ਮਦੈਨ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋਣਾ ਸ਼ੁਰੂ ਹੋ ਗਈਆਂ। ਕੁਝ ਲੋਕ ਮੌਲਾ ਅਲੀ ਸ਼ਹਿਨਸ਼ਾਹ ਕੋਲ ਆਏ, ਆ ਕੇ ਅਰਜ਼ ਕੀਤੀ, ਯਾ ਅਲੀ ਸਾਡੇ ਮੈਦਾਨ ਸ਼ਹਿਰ ਦੇ ਵਿੱਚ ਬੜੀਆਂ ਜਿਹੀਆਂ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਕੋਈ ਐਸਾ ਹੱਲ ਕਰੋ ਕਿ ਚੋਰੀਆਂ ਹੋਣੀਆਂ ਬੰਦ ਹੋ ਜਾਣ। ਸਰਕਾਰ ਫਰਮਾਉਂਦੇ ਨੇ ਭਾਈ ਜਾਓ ਤੁਸੀਂ ਆਪਣੇ ਘਰਾਂ 'ਚ ਆਰਾਮ ਨਾਲ ਚਲੇ ਜਾਓ, ਜੁੰਮੇ ਦਾ ਦਿਨ ਹੋਵੇਗਾ, ਫਲਾਣੀ ਫਲਾਣੀ ਤਾਰੀਖ ਹੋਵੇਗੀ, ਇੱਕ ਗਵਰਨਰ ਮੈਂ ਤੁਹਾਡੇ ਕੋਲ ਭੇਜਾਂਗਾ, ਉਹ ਤੁਹਾਡੇ ਸ਼ਹਿਰ ਦੀ ਰਖਵਾਲੀ ਕਰੇਗਾ ਅਤੇ ਚੋਰੀਆਂ ਹੋਣੀਆਂ ਬੰਦ ਹੋ ਜਾਣਗੀਆਂ। ਉਹਨਾਂ ਸੁਣ ਕੇ ਗੱਲ ਵਾਪਸ ਆਪਣੇ ਸ਼ਹਿਰ ਦੇ ਵਿੱਚ ਚਲੇ ਗਏ, ਵਾਪਸ ਚਲੇ ਗਏ। ਜੁੰਮੇ ਦਾ ਟਾਈਮ ਹੋਇਆ, ਜੁੰਮਾ ਪੜਿਆ, ਉੱਧਰ ਹਜ਼ਰਤ ਅਲੀ ਅਲੈਹਿਸ ਸਲਾਮ ਸਲੇਮਾਨ ਮੁਹੰਮਦੀ ਨੂੰ ਫਰਮਾਉਂਦੇ ਨੇ, ਸਲੇਮਾਨ ਜਾਓ ਮਦੈਨ ਸ਼ਹਿਰ ਦੇ ਵਿੱਚ ਚੋਰੀਆਂ ਬਹੁਤ ਸਾਰੀਆਂ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਉੱਥੇ ਜਾ ਕੇ ਰਖਵਾਲੀ ਉਹਨਾਂ ਦੀ ਕਰੋ ਅਤੇ ਚੋਰੀਆਂ ਬੰਦ ਕਰਵਾਓ। ਸਲੇਮਾਨ ਆਖਿਆ ਮੌਲਾ ਜਿਵੇਂ ਤੁਹਾਡਾ ਫਰਮਾਨ ਹੈ, ਲੇਕਿਨ ਇੱਕ ਅਰਜ਼ ਹੈ। ਆਖਿਆ ਸਲੇਮਾਨ ਕਿਹੜੀ ਅਰਜ਼ ਹੈ? ਮੌਲਾ ਤੇਰਾ ਦਿਲ ਸੀ, ਜ਼ਹੀਫ ਹੋ ਗਿਆ, ਬੁੱਢਾ ਹੋ ਗਿਆ ਮੇਰਾ ਦਿਲ ਸੀ, ਜਦੋਂ ਵੀ ਮੌਤ ਆਵੇ ਤੁਹਾਡੇ ਕਦਮਾਂ 'ਚ ਆਵੇ। ਸਰਕਾਰ ਫਰਮਾਉਂਦੇ ਨੇ ਸਲੇਮਾਨ ਬੇਫਿਕਰ ਹੋ ਕੇ, ਬੇਫਿਕਰ ਹੋ ਕੇ ਤੁਸੀਂ ਜਾਓ, ਤੁਹਾਡਾ ਜਨਾਜ਼ਾ ਮੈਂ ਆਪ ਪੜਾਵਾਂਗਾ, ਤੁਹਾਡਾ ਜਨਾਜ਼ਾ ਮੈਂ ਆਪ ਪੜਾਵਾਂਗਾ। ਜਨਾਬ ਸਲੇਮਾਨ ਮੁਹੰਮਦੀ ਮੈਦਾਨ ਸ਼ਹਿਰ ਦੇ ਵਿੱਚ ਗਏ ਨੇ, ਜੁਮਾ ਪੜਿਆ, ਜੁਮਾ ਪੜ੍ਹ ਕੇ ਲੋਕਾਂ ਆਖਿਆ ਯਾ ਅਲੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ, ਅੱਜ ਦੇ ਦਿਨ ਤੁਹਾਡੇ ਕੋਲ ਗਵਰਨਰ ਭੇਜਾਂਗਾ, ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਯਾ ਅਲੀ ਸਰਕਾਰ ਨੇ ਕਿਧਰੇ ਸਾਡੇ ਨਾਲ ਮਜ਼ਾਕ ਤੇ ਨਹੀਂ ਕੀਤਾ, ਇੰਨੀ ਗੱਲ ਕਹਿ ਰਹੇ ਨੇ। ਜਨਾਬੇ ਸਲੇਮਾਨ ਮੁਹੰਮਦੀ ਆਖਦੇ ਨੇ ਮੈਂ ਹੀ ਉਹ ਗਵਰਨਰ ਆ ਜਿਹਨੂੰ ਯਾ ਅਲੀ ਸਰਕਾਰ ਨੇ ਭੇਜਿਆ। ਵੇਖ ਕੇ ਤੇ ਲੋਕ ਹੱਸੇ, ਵੇਖ ਕੇ ਹੱਸੇ ਤੇ ਸਲੇਮਾਨ ਆਖਦੇ ਨੇ ਤੁਸੀਂ ਹੱਸੇ ਕਿਉਂ, ਤੁਸੀਂ ਹੱਸੇ ਕਿਉਂ? ਲੋਕਾਂ ਆਖਿਆ ਯਾ ਅਲੀ ਸਰਕਾਰ ਨੇ ਚੰਗਾ ਮਜ਼ਾਕ ਸਾਡੇ ਨਾਲ ਕੀਤਾ, ਇੱਕ ਬਜ਼ੁਰਗ ਆਦਮੀ ਸਾਡੇ ਕੋਲ ਭੇਜ ਦਿੱਤਾ, ਇਹਨੇ ਸਾਡੀਆਂ ਚੋਰੀਆਂ ਕੀ ਬੰਦ ਕਰਵਾਉਣੀਆਂ ਨੇ? ਇੰਨੀ ਗੱਲ ਸਲੇਮਾਨ ਨੇ ਸੁਣੀਏ, ਸੁਣ ਕੇ ਆਖਦੇ ਨੇ ਮਦੈਨ ਦਿਓ ਕੁੱਤਿਓ ਇਕੱਠੇ ਹੋ ਜਾਓ। ਸਾਰੇ ਕੁੱਤੇ ਇਕੱਠੇ ਹੋ ਗਏ ਨੇ, ਇਹ ਕੁੱਤੇ ਦੇ ਕੰਨ ਤੋਂ ਫੜ ਕੇ ਆਖਿਆ ਉਹ ਕੁੱਤਿਆ ਅੱਜ ਤੋਂ ਬਾਅਦ ਇਹ ਸ਼ਹਿਰ ਦੇ ਵਿੱਚ ਚੋਰੀ ਹੋਈ ਤੇ ਮੈਂ ਤੁਹਾਡੇ ਕੋਲ ਪੂਰੀ ਕਰਨੀ ਹੈ। ਕੁੱਤੇ ਚਾਰ ਚਫੇਰੇ ਸ਼ਹਿਰ ਦੇ ਫੈਲ ਗਏ, ਚੋਰੀਆਂ ਹੋਣੀਆਂ ਬੰਦ ਹੋ ਗਈਆਂ। ਮਹੀਨਾ, ਦੋ ਮਹੀਨੇ, ਛੇ ਮਹੀਨੇ ਗੁਜ਼ਰੇ, ਉੱਥੇ ਦੁਕਾਨਦਾਰ ਇੱਕ ਖੱਤਰੀ ਦੁਕਾਨਦਾਰ ਸੌਦਾ ਘੱਟ ਵੱਧ ਤੋਲਦਾ ਸੀ, ਸਲੇਮਾਨ ਕੋਲ ਆਏ। ਸਲੇਮਾਨ ਉਹ ਦੁਕਾਨਦਾਰ ਸੌਦਾ ਘੱਟ ਵੱਧ ਤੋਲਦਾ, ਇਹਦਾ ਕੋਈ ਹੱਲ? ਉਹਨੇ ਆਖਿਆ ਸਲੇਮਾਨ ਆਖਦੇ ਨੇ ਇਹਨੂੰ ਮੇਰੇ ਕੋਲ ਲੈ ਆਵੋ। ਆ ਕੇ ਲੋਕਾਂ ਨੇ ਆਖਿਆ ਤੈਨੂੰ ਸਲੇਮਾਨ ਬੁਲਾਰੇ ਨੇ ਆਖਿਆ, ਮੈਂ ਕਿਸੇ ਸਲੇਮਾਨ ਨੂੰ ਨਹੀਂ ਜਾਣਦਾ, ਮੈਂ ਕਿਸੇ ਸਲੇਮਾਨ ਨੂੰ ਨਹੀਂ ਜਾਣਦਾ, ਮੈਂ ਉਹਦੀ ਕੋਈ ਵੀ ਗੱਲ ਨਹੀਂ ਸੁਣਨੀ। ਲੋਕਾਂ ਆ ਕੇ ਸਲੇਮਾਨ ਨੂੰ ਦੱਸਿਆ, ਆਖਿਆ ਜਿਹੜੇ ਗੀਟਿਆਂ ਨਾਲ ਵੱਡਿਆਂ ਨਾਲ ਉਹ ਸੌਦਾ ਤੋਲਦਾ, ਉਹਨਾਂ ਵੱਡਿਆਂ ਨੂੰ ਆਖੋ ਕਿ ਤੈਨੂੰ ਅਲੀ ਸ਼ਹਿਨਸ਼ਾਹ ਦਾ ਮਲੰਗ ਹੁਕਮ ਦਿੰਦਾ, ਇਸ ਖੱਤਰੀ ਨੂੰ ਅੱਗੇ ਲਾ ਕੇ ਲਾਇਆ। ਵੱਡਿਆਂ ਨੂੰ ਜਾ ਕੇ ਉਸੇ ਤਰ੍ਹਾਂ ਹੀ ਆਖਿਆ, ਵੱਡੇ ਉੱਠੇ, ਉਹਦੇ ਲੱਕ 'ਚ ਵੱਜੇ। ਹੁਣ ਦੁਕਾਨਦਾਰ ਅੱਗੇ ਅੱਗੇ, ਪਿੱਛੇ ਪਿੱਛੇ ਵੱਡੇ। ਜਿਹੜੇ ਵੇਲੇ ਲੋਕਾਂ ਮੌਜਦਾ ਵੇਖਿਆ, ਲੋਕਾਂ ਸਲੇਮਾਨ ਨੂੰ ਪੁੱਛਿਆ, ਸਲੇਮਾਨ ਇਹ ਜਾਦੂ ਟੂਣਾ ਕਿੱਥੋਂ ਲਿਆਈ, ਕਿੱਥੋਂ ਸਿੱਖੇ? ਤੇ ਸਲੇਮਾਨ ਆਖਦੇ ਨੇ ਇਹ ਲੋਕੋ ਇਹ ਜਾਦੂ ਟੂਣਾ ਨਹੀਂ, ਇਹ ਪਤਾ ਕਿਹਦਾ ਕਰਮ ਹੈ। ਲੋਕਾਂ ਪੁੱਛਿਆ ਕਿਹਦਾ ਕਰਮ ਹੈ ਸਲੇਮਾਨ? ਤੇ ਸਲੇਮਾਨ ਕੀ ਆਖਦੇ ਨੇ, ਮੈਂ ਖੁਸ਼ ਨਸੀਬ ਹੂੰ ਮੁਝ ਪੇ ਕਰਮ ਹੁਸੈਨ। ਮੈਂ ਮੌਤ ਬਿਰੇ ਹੂੰ ਜਹਾਂ
करके कसम अली की मेरे दम में दम हुसैन का है। मैं खुश नसीब हूँ मुझ पे करम हुसैन का है। मैं खुश नसीब हूँ मुझ पे करम हुसैन का है। पना अस्त हुसैन सरदाद नदाद दस्त दर दस्त यजीद हक्का के बिना लाए ना अस्त हुसैन। फलक की आग देखते हैं आज भी आंसू। फलक की आग से गिरते हैं आज भी आंसू। फलक के आज भी सी पर रहमत खड़ी रही। सजदे में थे रसूल बैठे पुष्प पर हुसैन बैठे रहे हुसैन इबादत खड़ी रही। निशान सदे दनत किया निशान बाद से निशान सजे दनत किया निशान हुसैन का है ये करम हुसैन।